ਜਦੋਂ ਦਵਾਈ ਦਾ ਨਾਮ ਲਿਆ ਜਾਂਦਾ ਹੈ ਨਾ ਤਾਂ ਦਵਾਈ ਅਸੀਂ ਸੋਚਦੇ ਹਾਂ ਇਲਾਜ ਦਾ ਮਤਲਬ ਹੈ ਜਾਂ ਕੈਪਸੂਲ ਜਾਂ ਟੀਕੇ ਜਾਂ ਸ਼ੀਸ਼ੀ। ਜੀ ਤਾਂ ਸਾਡੇ ਕੋਲ ਇੱਕ ਬੱਚਾ ਆ ਰਿਹਾ ਸੀ ਜਿਸ ਨੂੰ ਦਮੇ ਦੇ ਅਟੈਕ ਕਾਫੀ ਜ਼ਿਆਦਾ ਫ੍ਰੀਕੁਐਂਟਲੀ ਹੋਣ ਲੱਗ ਗਏ ਸਨ। ਜੀ ਦਵਾਈਆਂ ਸਭ ਕੁਝ ਕਰ ਲਿਆ, ਇਨਹੇਲਰ ਤੇ ਪੈ ਗਿਆ ਸਾਰਾ ਕੁਝ, ਤੇ ਅਖੀਰ ਜਿਵੇਂ ਖੋਜਾਂ ਆਪਾਂ ਪੜ੍ਹਦੇ ਹਾਂ ਸਭ ਨੂੰ ਦੱਸਦੇ ਹਾਂ, ਮੈਂ ਉਸੇ ਆਧਾਰ ਤੇ ਹੀ ਉਹਨੂੰ ਬੱਚੇ ਨੂੰ ਕਿਹਾ ਕਿ ਇਹਨੂੰ ਘਰ ਦੇ ਅੰਦਰ ਬੈਠ ਕੇ ਜ਼ਿਆਦਾ ਯਾਨੀ ਟੀਵੀ ਦੇਖੀ ਹੈ ਇਹ ਬੰਦ ਕਰ ਦੇ, ਉਹਦੀ ਪੜ੍ਹਾਈ ਵੀ ਕਰਾਣੀ, ਜੇ ਪੜ੍ਹਨਾ ਲਿਖਣਾ ਵੀ ਹੈ ਤਾਂ ਬਾਹਰ ਬਰਾਂਡੇ ਵਿੱਚ ਸ਼ੁਰੂ ਕਰੋ। ਇਸੇ ਤਰ੍ਹਾਂ ਜਦੋਂ ਇਹਨੇ ਸ਼ਾਮ ਨੂੰ ਨਿਕਲਣਾ ਹੈ ਤਾਂ ਬਾਹਰ ਜ਼ਿਆਦਾ ਤੁਰੇ ਫਿਰੇ ਦੌੜੇ ਭੱਜੇ, ਇਹਨੂੰ ਥੋੜਾ ਜਿਹਾ ਘਰ ਤੋਂ ਬਾਹਰ ਨੂੰ ਕੱਢਣਾ ਸ਼ੁਰੂ ਕਰੋ। ਠੀਕ ਹੈ ਤੁਸੀਂ ਹੈਰਾਨ ਹੋਗੇ ਕਿ ਉਹਦਾ ਲਗਭਗ 3 ਕੁ ਹਫ਼ਤਿਆਂ ਬਾਅਦ ਉਹਦੇ ਅਟੈਕਸ ਕਾਫੀ ਘਟ ਗਏ ਸਨ, ਤੇ ਅੱਛਾ ਜਿੰਨਾ ਉਹ ਵੱਧੋ ਵੱਧ ਜਿਵੇਂ ਉਹਨੂੰ ਬੈਠ ਕੇ ਜਦੋਂ ਹੋਮਵਰਕ ਦਾ ਸਾਰਾ ਹੀ ਕੰਮ ਬਾਹਰ ਨੂੰ ਸ਼ੁਰੂ ਕੀਤਾ ਕਿ ਸ਼ਾਮ ਨੂੰ ਮੁਕਾਣਾ ਹੈ ਤੂੰ, ਉਸ ਤੋਂ ਬਾਅਦ ਖੇਡੋ ਸਾਰਾ ਕੁਝ, ਤੇ ਉਹ ਟਾਈਮ ਜਿਵੇਂ ਜਿਵੇਂ ਘਟਿਆ ਉਵੇਂ ਉਵੇਂ ਹੀ ਉਹਦੇ ਅਟੈਕਸ ਘਟਣੇ ਹੌਲੀ ਹੌਲੀ। ਉਹ ਅੱਗੋਂ 3 ਕੁ ਮਹੀਨਿਆਂ ਬਾਅਦ ਅਸੀਂ ਦੇਖਿਆ ਉਹਨੂੰ, ਫਿਰ ਅਟੈਕ ਕਿਤੇ ਹੀ 6 ਮਹੀਨਿਆਂ 'ਚ ਇੱਕ ਵਾਰ ਹੋਣ ਵਾਲਾ ਹੋ ਗਿਆ ਸੀ, ਯਾਨੀ ਉਹਨੂੰ ਬਹੁਤ ਜ਼ਿਆਦਾ ਆਰਾਮ ਹੋ ਗਿਆ ਅੱਛਾ, ਯਾਨੀ ਕੁਦਰਤ ਹੁਣ। ਨੇ ਠੀਕ ਕੀਤਾ, ਮਤਲਬ ਬਾਹਰ ਬਾਹਰ ਰਹਿਣ ਨੇ ਠੀਕ ਕੀਤਾ। ਬਿਲਕੁਲ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਘਰ ਦੇ ਅੰਦਰ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਦਿਸਦੀਆਂ ਨਹੀਂ, ਅੱਖਾਂ ਨਾਲ ਅੰਦਾਜ਼ਾ ਵੀ ਨਹੀਂ ਹੁੰਦਾ। ਹਾਂਜੀ ਮਿਸਾਲ ਵਜੋਂ ਕੋਈ ਫੰਗਸ, ਉੱਲੀ ਕਿਸੇ ਏਰੀਆ ਦੀ ਜਿਹੜੀ ਤੁਹਾਨੂੰ ਹਵਾ ਰਾਹੀਂ ਉਹ ਇਸੇ ਤਰ੍ਹਾਂ ਦਮੇ ਦੀ ਤੁਹਾਨੂੰ ਅਟੈਕ ਦਵਾ ਸਕਦੀ ਹੈ ਘਰ, ਕਿਸੇ ਤਰ੍ਹਾਂ ਦੀ ਕੋਈ ਗੈਸ ਦੀ, ਕੋਈ ਸਟੋਵ ਦੀ, ਕੋਈ ਅੱਜ ਕੱਲ੍ਹ ਤਾਂ ਸਟੋਵ ਕੋਈ ਬਾਲਦਾ ਹੀ ਨਹੀਂ, ਪਰ ਫਿਰ ਵੀ ਜੀ ਜੋ ਫਿਊਮਸ ਨਿਕਲਦੀਆਂ ਨੇ ਉਹਨਾਂ ਰਾਹੀਂ, ਕੋਈ ਏਅਰ ਫਰਾਇਰ ਦਾ ਕੋਈ ਕੁਛ ਬਹੁਤ ਕੁਛ ਹੁੰਦਾ ਜੇ ਘਰਾਂ 'ਚ, ਸੋ ਉਹਨਾਂ ਰਾਹੀਂ ਵੀ ਜੋ ਨਿਕਲਦਾ ਹੈ, ਜਾਂ ਫਿਰ ਕਦੇ ਕੋਈ ਸਮੋਕ ਕਰਦਾ ਹੋਏ, ਸਿਗਰਟ ਘਰ ਕੋਈ ਵਰਤਦਾ ਹੋਏ, ਜਾਂ ਇਹੋ ਜਿਹੀਆਂ ਮਿੱਟੀ ਘੱਟਾ ਘਰ ਵਿੱਚ ਹੋਇਆ, ਤੁਸੀਂ ਜਿਹੜੇ ਪਰਦੇ ਟੰਗੇ ਨੇ ਨਾ ਉਹ ਤੋਤੇ ਰੈਗੂਲਰ ਹਫ਼ਤਾਵਾਰੀ ਹੋਣ, ਜਾਂ ਬਹੁਤ ਚੀਜ਼ਾਂ ਨੇ ਜੀ, ਘਰ ਦੇ ਅੰਦਰ ਜੋ ਤੁਹਾਨੂੰ ਰੋਗੀ ਬਣਾਉਂਦੀਆਂ ਨੇ। ਸੋ ਯਾਨੀ ਜਦੋਂ ਕਿ ਅਸੀਂ ਜੀ, ਸੋ ਡਾਕਟਰ ਸਾਹਿਬ, ਅੱਜ ਦਾ ਮਨੁੱਖ ਤਾਂ ਮੈਂ ਦੇਖ ਰਹੀ ਹਾਂ ਕਿ ਬਿਲਕੁਲ ਅੰਦਰ ਹੀ ਬੰਦ ਹੋ ਗਿਆ, ਤੇ ਫਿਰ ਬਿਮਾਰੀਆਂ ਦਾ ਜ਼ਿਆਦਾ ਕਾਰਨ ਮਤਲਬ ਅੰਦਰ ਬੰਦ ਹੋਣਾ ਹੈ, ਚਾਹੇ ਦਫ਼ਤਰ ਹੋਵੇ ਤੇ ਚਾਹੇ ਘਰ, ਆਪਾਂ ਅੰਦਰ ਬੰਦ ਜੇ ਹੋ ਕੇ ਰਹਿਣਾ ਪਸੰਦ ਕਰਨ ਲੱਗ ਗਏ। ਬਿਲਕੁਲ, ਸਾਡਾ ਏਸੀ ਦਾ ਮਾਹੌਲ ਜੋ ਹੈ ਅਸੀਂ ਸ਼ਾਇਦ ਭੁੱਲ ਹੀ ਗਏ ਕਿ ਜੋ ਤਾਜ਼ੀ ਹਵਾ ਚੋਂ ਜਾਂ ਜੋ ਧੁੱਪ ਨੇ ਜਾਂ ਜਿਸ ਤਰੀਕੇ ਦੀ ਉਹ ਬਾਹਰੀ ਸਾਨੂੰ ਫਾਇਦਾ ਹੋਣਾ ਸੀ ਉਹ ਚੀਜ਼ਾਂ ਦੇ ਉੱਤੇ ਹੀ, ਮੇਰਾ ਖਿਆਲ ਅੱਜ ਕੁਦਰਤੀ ਚੀਜ਼ਾਂ ਤੇ ਗੱਲ ਕਰਾਂਗੇ ਜੀ ਜਿਸ ਨਾਲ ਅਸੀਂ ਬੇਅੰਤ ਬਿਮਾਰੀਆਂ ਠੀਕ ਵੀ ਕਰ ਸਕਦੇ ਹਾਂ ਤੇ ਬਹੁਤ ਲਾ ਇਲਾਜ ਬਿਮਾਰੀਆਂ, ਐਗਜ਼ੀਮਾ ਤੋਂ ਲੈ ਕੇ ਕਈ ਕੁਛ ਤੋਂ ਬਹੁਤ ਜ਼ਿਆਦਾ, ਜੇ ਸਦੀਵੀ ਨਹੀਂ ਤਾਂ ਬਹੁਤ ਜ਼ਿਆਦਾ ਸਮੇਂ ਤੱਕ ਉਹਨਾਂ ਤੋਂ ਬਚ ਸਕਦੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਪਹਿਲਾਂ ਕਿੱਥੋਂ ਆਪਾਂ ਸ਼ੁਰੂ ਕਰਨਾ ਹੈਗਾ? ਤੁਸੀਂ ਕਿਹਾ ਕੁਦਰਤੀ ਚੀਜ਼ਾਂ ਦੀ ਆਪਾਂ ਗੱਲ ਕਰਾਂਗੇ। ਜੀ, ਮੈਂ ਇੱਕੋ ਜੋ ਕੈਪਸੂਲਾਂ ਚ ਬੰਦ ਹੀ ਨਹੀਂ ਹੋ ਸਕਦਾ ਨਾ ਸ਼ੀਸ਼ਿਆਂ ਚ, ਮੈਂ ਗੱਲ ਕਰਾਂਗੀ ਸੂਰਜੀ ਕਿਰਨਾਂ ਦੀ। ਕਿਆ ਬਾਤ ਹੈ, ਅਸੀਂ ਮਾੜੇ ਅਸਰ ਜ਼ਰੂਰ ਪੜਦੇ ਆ ਕਿ ਇਹਦੇ ਨਾਲ ਕੈਂਸਰ ਹੋ ਜਾਂਦਾ ਜੇ, ਲੋੜੋਂ ਵਾਧੇ ਹੋ ਜਾਂਦਾ ਜੇ, ਤੇ ਆਮ ਜਦੋਂ ਤੱਕ ਮੈਂ ਵੀ ਡਾਕਟਰੀ ਨਹੀਂ ਸੀ ਕੀਤੀ ਮੈਨੂੰ ਵੀ ਨਹੀਂ ਸੀ, ਤੇ ਆਮ ਵੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਹਦਾ ਕੀ ਫਾਇਦਾ ਜਾਂ ਕੀ ਨੁਕਸਾਨ ਹੈ। ਨੁਕਸਾਨ ਹੈ ਜੀ। ਸੋ ਜੇ ਆਪਾਂ ਸਿਰਫ ਰੂਟੀਨ ਦੇ ਤੌਰ ਤੇ ਸਵੇਰ ਵੇਲੇ ਦੀ ਜਾਂ ਸ਼ਾਮ ਵੇਲੇ ਦੀ ਧੁੱਪ ਦੇ ਵਿੱਚ ਅਸੀਂ 20-20 ਮਿੰਟ, ਕੋਈ ਮੈਂ ਬਹੁਤ ਲੰਬਾ ਸਮਾਂ ਨਹੀਂ ਕਹਿ ਰਹੀ, ਜੀ 20 ਮਿੰਟ ਸਵੇਰ ਦੀ ਜਿਹੜੀ ਧੁੱਪ ਦੇ ਵਿੱਚ ਜਾਂ 20 ਮਿੰਟ ਸ਼ਾਮ ਦੀ ਧੁੱਪ ਦੇ ਜਿਹੜੀ ਜਾਂਦੀ ਧੁੱਪ ਦੇ ਵਿੱਚ ਜੇ ਅਸੀਂ ਬਾਹਰ ਤੁਰ ਫਿਰ ਲਈਏ, ਕੋਈ ਤੁਸੀਂ ਗੋਡੀ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਪਿਆਰੇ ਪਾਲਤੂ ਜਾਨਵਰ ਨਾਲ ਖੇਡਣਾ ਚਾਹੁੰਦੇ ਹੋ, ਪਰ ਉਹ ਰਵੋ ਜੇ ਤੁਸੀਂ ਉਨ੍ਹਾਂ ਕੁ ਧੁੱਪੇ, ਤੇ ਉਹ ਵੀ ਕੋਸ਼ਿਸ਼ ਕਰੋ ਤੁਰਦੇ ਫਿਰਦੇ ਵਿੱਚ, ਯਾਨੀ ਬਹਿ ਨਹੀਂ ਜਾਣਾ। ਜੀ ਜੇ ਤੁਸੀਂ ਇਸ ਵਕਤੇ ਦੀ ਜਦੋਂ ਤੁਸੀਂ ਬਿਲਕੁਲ ਹਨੇਰੇ ਜਾਂਦੇ ਹੋ ਦੌੜਨ ਭੱਜਣ, ਤਾਂ ਕੋਸ਼ਿਸ਼ ਇਹ ਕਰੋ ਵੀ ਵਾਪਸੀ ਦਾ ਜਿਹੜਾ ਤੁਹਾਡੇ 20 ਮਿੰਟ ਹੋਣਗੇ, ਕਿਉਂਕਿ ਅਸੀਂ 40 ਮਿੰਟ ਦੀ ਕਸਰਤ ਹੀ ਕਹਿੰਦੇ ਹਾਂ, ਸੋ 20 ਮਿੰਟ ਵਾਪਸੀ ਦੇ ਜੋ ਹਲਕੀ ਚੜ੍ਹਦਾ ਸੂਰਜ ਦੀ ਜੇ ਤੁਸੀਂ ਧੁੱਪ ਲੈ ਸਕੋ, ਬੇਮਿਸਾਲ ਜੇ ਤੁਹਾਡੀ ਚਮੜੀ ਵਿੱਚ ਵਿਟਾਮਿਨ ਡੀ ਵੀ ਉਹਨੇ ਬਣਾਉਣਾ, ਜੇ ਬਹੁਤ ਸਾਰੀਆਂ ਜਿਨ੍ਹਾਂ ਨਾਲ ਤੁਹਾਡੇ ਰਸ ਸਰੀਰ ਚ ਬਣਨੇ ਨੇ, ਦਿਮਾਗ ਤਰੋ ਤਾਜ਼ਾ ਰੱਖਣਾ ਹੈ, ਬਾਕੀ ਅੰਗਾਂ ਦੇ ਕੰਮ ਕਾਰ ਨੂੰ ਸਹੀ ਰੱਖਣਾ ਹੈ, ਜੀ ਸੋ ਜੀ ਜਿਸ ਤਰੀਕੇ ਦੀ ਤੁਸੀਂ ਵਿਟਾਮਿਨ ਦੀਆਂ ਗੋਲੀਆਂ ਖਾਣੀਆਂ, ਜੇ ਵਿਟਾਮਿਨ ਏ ਡੀ ਸਾਡੇ ਗੋਡੇ ਰਹਿ ਗਏ ਪਿੱਠ ਰਹਿ ਗਈ, ਉਹ ਇੰਨਾ ਕੁ ਸਮਾਂ ਜੇ ਤੁਸੀਂ ਕਰਦੇ ਰਹੋ ਤਿੱਖੀ ਧੁੱਪ ਵਿੱਚ, ਜ਼ਰੂਰ ਬਹੁਤ ਜ਼ਿਆਦਾ ਸਮੇਂ ਨਾਲ ਸਾਨੂੰ ਨੁਕਸਾਨ ਹੋ ਸਕਦਾ ਹੁੰਦਾ ਜੇ, ਜੀ ਪਰ ਇਹ ਧੁੱਪ ਸ਼ੀਸ਼ਿਆਂ ਦੇ ਰਾਹੀਂ ਅੰਦਰ ਆਉਂਦੀ ਨਹੀਂ ਲੈਣੀ,
ਠੀਕ ਹੈ। ਬਾਹਰ ਜਾ ਕੇ ਲਈ ਜਾਵੇ ਤਾਂ ਤੁਹਾਡੇ ਕਾਫੀ ਕਿਸਮਾਂ ਦੇ ਸਾਹ ਦੀਆਂ ਬਿਮਾਰੀਆਂ ਤੋਂ ਲੈ ਕੇ ਚਮੜੀ ਦੇ ਰੋਗਾਂ ਤੋਂ ਲੈ ਕੇ ਡਿਪਰੈਸ਼ਨ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਿਨਾਂ ਛੁਟਕਾਰਾ ਪਾ ਕੈਪਸੂਲਾਂ ਸਕਦੇ। ਦੇ ਬਚਾ ਹੋ ਤੇ ਸਕਦਾ। ਡਾਕਟਰ ਸਾਹਿਬ ਤੁਸੀਂ ਕਿਹਾ ਸ਼ੀਸ਼ਿਆਂ ਰਾਹੀਂ ਨਹੀਂ ਲੈਣੀ, ਇਹਦਾ ਵੀ ਕੋਈ ਨੁਕਸਾਨ ਹੁੰਦਾ ਹੈ? ਸ਼ੀਸ਼ਿਆਂ ਰਾਹੀਂ ਜਿਹੜੀਆਂ ਸਾਨੂੰ ਲੋੜੀਂਦੀਆਂ ਕਿਰਨਾਂ ਜੋ ਕੁਦਰਤੀ ਆਣੀਆਂ ਹੁੰਦੀਆਂ, ਜੇ ਬਹੁਤ ਸਾਰੀਆਂ ਸ਼ੀਸ਼ਾ ਹੀ ਕੱਟ ਦਿੰਦਾ, ਠੀਕ ਸੋ ਹੈ। ਇਸ ਕਾਰਨ ਉਹ ਸਾਡੇ ਤੱਕ ਪਹੁੰਚਦੀਆਂ ਨਹੀਂ, ਉਹਨਾਂ ਨੂੰ ਤੁਹਾਨੂੰ ਬਾਹਰੀ ਹਵਾ ਵਿੱਚ ਹੀ ਲੈਣਾ ਪੈਂਦਾ। ਹੁਣ ਨਾਲੋ ਨਾਲ ਉੱਥੇ ਮਿਲਦਾ ਕੀ ਜੇ? ਜੀ ਦੋ ਚੀਜ਼ਾਂ ਜੋ ਮੁਫਤੋ ਮੁਫਤ ਨਾਲ ਮਿਲ ਗਈਆਂ, ਪਹਿਲੀ ਚੀਜ਼ ਸਾਡੀ ਕਸਰਤ, ਠੀਕ ਹੈ। 40 ਮਿੰਟ ਦੀ ਕਸਰਤ ਨੇ ਸਾਡੇ ਹੱਡੀਆਂ ਮਜ਼ਬੂਤ ਕਰਨੀਆਂ, ਉਹਦੇ ਵਿੱਚ ਹੀ ਸਾਡੇ ਸਾਰੇ ਕੰਮ, ਜਿਵੇਂ ਹੁਣ ਤੁਰੇ ਹੋ ਤੁਸੀਂ ਜਾਂ ਦੌੜੇ ਹੋ ਜਾਂ ਤੇਜ਼ ਕੀਤਾ ਜੋ ਵੀ ਤੁਸੀਂ ਕੰਮ, ਤਾਂ ਤੁਹਾਡੇ ਪੱਠਿਆਂ ਨੇ ਕੰਮ ਕਰਨਾ ਹੈ, ਮਸਲਸ ਨੇ ਕੰਮ ਕਰਨਾ ਹੈ। ਮੈਂ ਹੈਰਾਨ ਹਾਂ ਵੈਸੇ, ਅੱਜ ਕੱਲ੍ਹ ਇਨਸਾਨ, ਮੈਨੂੰ ਆਪਾਂ ਪਹਿਲਾਂ ਵੀ ਇੱਕ ਦੋ ਕਾਲ ਟਾਕਸ ਵਿੱਚ ਜ਼ਿਕਰ ਕੀਤਾ ਸੀ ਜੀ ਜੀ ਪੱਠਿਆਂ ਦਾ, ਹਾਂ ਤੇ ਮੈਨੂੰ ਸਾਡੇ ਪਿੰਡ ਦੇ ਹੀ ਇੱਕ ਬਜ਼ੁਰਗ ਦਾ ਫੋਨ ਆਇਆ ਵੀ ਇਹ ਹੁੰਦਾ ਕੀ ਹੈ, ਸਾਨੂੰ ਪੱਠਿਆਂ ਦਾ ਪਤਾ ਨਹੀਂ। ਜਦੋਂ ਜੀ ਮੈਂ ਕਿਹਾ ਜੀ ਮਸਲਸ ਦੀ ਗੱਲ ਕਰ ਰਹੀ ਹਾਂ, ਅੱਛਾ, ਸੋ ਮੈਨੂੰ ਹੀ ਸ਼ਰਮਿੰਦਗੀ ਮਹਿਸੂਸ ਹੋਈ ਵੀ ਸਾਨੂੰ ਪੰਜਾਬੀ ਲਫ਼ਜ਼ ਭੁੱਲ ਗਏ ਨੇ ਤੇ ਬਿਲਕੁਲ, ਅਸੀਂ ਔਰ ਉਹ ਵੀ ਅੰਗਰੇਜ਼ੀ ਪਿੰਡਾਂ ਚ ਲਫ਼ਜ਼, ਰਹਿਣ ਵਾਲਿਆਂ ਨੂੰ ਹਾਂਜੀ ਬਿਲਕੁਲ, ਤੇ ਅੰਗਰੇਜ਼ੀ ਮਸਲਸ ਸਾਨੂੰ ਪਤਾ ਨੇ ਤੇ ਪੰਜਾਬੀਆਂ ਚ ਪੱਠਿਆਂ ਦੀ ਸਾਨੂੰ ਨਹੀਂ ਪਤਾ, ਬਿਲਕੁਲ ਸੋ ਬਿਲਕੁਲ ਇਸੇ ਕਰਕੇ ਵਿੱਚ ਮਜਬੂਰੀ ਤਹਿਤ ਅੰਗਰੇਜ਼ੀ ਜਬਰੀ ਵਾੜਨੀ ਪੈਂਦੀ ਹੈ ਵੀ ਭਾਈ ਤੁਹਾਨੂੰ ਉਹ ਸ਼ਬਦ ਹੀ ਨਹੀਂ ਪਤਾ, ਸੋ ਉਹਦੀ ਨਾਲੋ ਨਾਲ ਤਰਜਮਾ ਵੀ ਕਰਨਾ ਪੈਂਦਾ ਹੈ। ਜੀ ਤੋ ਡਾਕਟਰ ਸਾਹਿਬ, ਸਾਡੇ ਜਿਸ ਤਰੀਕੇ ਮਸਲਸ ਦੇ ਵਿੱਚ ਲਹੂ ਦੀ ਰਵਾਨੀ ਤੇਜ਼ ਹੋਈ, ਉਹ ਸੁੰਗੜੇ ਉਹਨਾਂ ਨੇ ਜੋੜਾਂ ਨੂੰ ਵੀ ਹਿਲਾਇਆ, ਇਸੇ ਤਰ੍ਹਾਂ ਲਹੂ ਦੀ, ਕਿਉਂਕਿ ਉਹ ਵਹਾਓ ਤੇਜ਼ ਹੋਇਆ, ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਹੋਏਗਾ, ਫੇਫੜਿਆਂ ਨੂੰ ਸਹੂ ਲਹੂ ਗਿਆ, ਬਹੁਤ ਸਾਰੀਆਂ ਫੇਫੜਿਆਂ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਚ ਤੰਦਰੁਸਤੀ ਹੋਈ, ਦਿਮਾਗ ਵੱਲ ਨੂੰ ਲਹੂ ਗਿਆ, ਜਿਸ ਚ ਤਾਜ਼ੀ ਹਵਾ, ਬਹੁਤ ਜ਼ਿਆਦਾ ਬੇਸ਼ਕੀਮਤੀ ਤੇ ਮਹਿੰਗੀ ਦਵਾਈ ਜੇ ਉਹ ਤਾਜ਼ੀ ਹਵਾ ਨੇ ਜਦੋਂ ਤੁਹਾਡੇ ਅੰਦਰ ਜਾਣਾ, ਫੇਫੜੇ ਖੋਲਣੇ ਨੇ, ਦਿਮਾਗ ਵੱਲ ਜਾਣਾ, ਤਾਂ ਯਾਦਾਸ਼ਤ ਭੁੱਲਣ ਦੀ ਬਿਮਾਰੀ, ਯਾਦਾਸ਼ਤ ਜਿਹੜੀ ਤੁਰ ਜਾਣੀ ਜਾਂ ਸਤਰੇ ਬਤਰੇ ਦੀ ਤਾਂ ਛੱਡੋ, ਅੱਜ ਕੱਲ੍ਹ ਜਵਾਨਾਂ ਦੀ ਜਾ ਰਹੀ ਹੈ, ਸੋ ਯਾਦਾਸ਼ਤ ਵਾਲੀ ਉਹਨੂੰ ਤਗੜਾ ਕਰਨ ਦਾ ਢੰਗ, ਇਹ ਸਾਰਾ ਕੁਛ ਇਹਦਾ ਬੜਾ ਕਮਾਲ ਦੀਆਂ ਗੱਲਾਂ ਨੇ, ਕਿਵੇਂ ਯਾਦਾਸ਼ਤ ਹੁੰਦੀ ਜੇ, ਦਿਮਾਗ 'ਚ ਚੀਜ਼ਾਂ ਕਿਵੇਂ ਛਪਦੀਆਂ, ਤੁਸੀਂ ਦੌੜਦੇ ਜਾ ਰਹੇ ਹੋ, ਜੀ ਤੁਹਾਡੇ ਦਿਮਾਗ ਨੇ ਸਾਰਾ ਕੁਛ ਉਹੀ ਸਮਾਉਣਾ ਜੋ ਤੁਹਾਡੀਆਂ ਅੱਖਾਂ ਜਾਂ ਕੰਨਾਂ ਰਾਹੀਂ ਜਾਣਾ। ਤੁਸੀਂ ਬਹੁਤ ਖੂਬਸੂਰਤ ਆਵਾਜ਼ਾਂ ਸੁਣੋਗੇ, ਚਿੜੀਆਂ ਦੀਆਂ, ਬੀਂਡਿਆਂ ਦੀਆਂ, ਹੋਰ ਚੀਜ਼ਾਂ ਦੀਆਂ, ਹਵਾ ਦੀ ਆਵਾਜ਼, ਪੱਤਿਆਂ ਦੀ ਸਰਸਰਾਹਟ, ਉਹ ਸਭ ਅੰਦਰ ਜਮ੍ਹਾਂ ਹੁੰਦੀ, ਜਿਸੇ ਤਰ੍ਹਾਂ ਤੁਸੀਂ ਦੇਖਿਆ ਬਹੁਤ ਖੂਬਸੂਰਤ ਫੁੱਲ ਖਿੜ ਰਿਹਾ ਜੇ, ਉਹ ਪਾਣੀ ਵਗ ਰਿਹਾ ਜੇ, ਇੱਥੇ ਨਵੇਂ ਘਾਹ ਅੱਜ ਉੱਗਿਆ ਪਿਆ, ਯਾਨੀ ਉਹ ਪੱਤੇ ਅੱਜ ਦਰਖਤ ਦੇ ਪੁੰਗਰ ਰਹੇ ਨੇ, ਸਾਰਾ ਕੁਛ ਤੁਹਾਡੇ ਦਿਮਾਗ 'ਚ ਛੱਪਦਾ ਹੈ, ਤੇ ਬਹੁਤ ਸਾਰੀ ਉਹ ਗੰਦਗੀ ਜਿਹੜੀ ਉਹ ਦਿਮਾਗ ਸਾਂਭੀ ਬੈਠਾ ਹੁੰਦਾ, ਫਲਾਣੇ ਥਾਂ ਤੇ ਉਹਨੇ ਮਾੜਾ ਕਿਹਾ, ਉਹ ਉੱਚਾ ਬੋਲਿਆ, ਦੇਖ ਲੂੰਗਾ, ਕਰ ਲੂੰਗਾ, ਘਸੁੰਨ ਮਾਰਨਾ, ਯਾਨੀ ਉਹ ਸਾਰੀਆਂ ਨਿਕਲ ਕੇ ਨਵੀਆਂ ਚੀਜ਼ਾਂ ਜਦੋਂ ਛੱਪਦੀਆਂ ਨੇ ਤਾਂ ਦਿਮਾਗ ਦੇ ਬਹੁਤ ਸਾਰੇ ਰੋਗ, ਬਹੁਤ ਸਾਰੇ ਬਾਕੀ ਅੰਗਾਂ ਦੇ ਰੋਗ, ਸਿਰਫ ਇਹ 20 ਮਿੰਟ ਤੁਹਾਨੂੰ ਸੋਚ ਲਿਓ ਇੱਕ ਸੈਕਿੰਡ ਕਿ ਜੇ ਅਸੀਂ ਆਪਣੇ ਨਾਲ ਹੀ ਕਿਸੇ ਤੁਰਦੀ ਨਾਲ ਟਹਿਲਦਿਆਂ ਹੋਇਆਂ ਸਿਰਫ ਨੂੰਹ ਜਾਂ ਸੱਸ ਨੂੰ ਪੁਣਦਿਆਂ ਗੱਲ ਕਰੀਏ, ਜਾਂ ਸਾਡੇ ਕੋਈ ਵੀਰ ਤੁਰਦੇ ਜਾਣ ਉਹਨੂੰ ਸਾਲੇ ਨੂੰ ਉਹਨੂੰ ਜਾਂ ਨਾਲ ਹੋਰ 10 ਗਾਲਾਂ ਕੱਢ ਕੇ ਉਹਨੂੰ ਆਉਂਦਾ ਹੀ ਨਹੀਂ, ਫਲਾਣਾ ਸਿਫਾਰਸ਼ੀ ਹੈ, ਉਹਦੇ ਕੋਲ ਕਾਰ ਇੱਥੋਂ ਕਿਵੇਂ ਆ ਗਈ, ਕਾਲਾ ਧਨ ਹੈ, ਇਹ ਜੀ ਗੱਲਾਂ ਕਰਨ ਦੀ ਥਾਂ ਜਦੋਂ ਤੁਸੀਂ ਆਹ ਚੀਜ਼ ਇਕੱਲੇ ਜਾਂਦੇ ਤੁਰਦੇ ਕਰਦੇ ਹੋ ਤਾਂ ਕਿੰਨਾ ਫਰਕ ਮੈਂ ਦੱਸ ਰਹੀ ਹਾਂ, ਇੱਕ ਤੁਹਾਨੂੰ ਬਿਮਾਰੀਆਂ ਦਿੰਦਾ ਜੇ, ਇੱਕ ਬਿਮਾਰੀ ਰਹਿਤ ਕਰਦਾ ਜੇ, ਜਿਸਨੇ ਤੁਹਾਨੂੰ ਹੋ ਸਕਦਾ ਹੈ ਮਹੀਨੇ ਦੀ ਲਗਭਗ 5 ਤੋਂ 6 ਹਜ਼ਾਰ ਰੁਪਏ ਦੀ ਦਵਾਈ ਤੋਂ ਬਚਾ ਕਰਨਾ ਹੋਏ, ਸਿਰਫ ਇੰਨੀਆਂ ਚੀਜ਼ਾਂ ਦੇਖਣੀਆਂ ਸੁਣਨੀਆਂ, ਕਿਉਂਕਿ ਉਹ ਮਹੀਨ ਆਵਾਜ਼ ਜੋ ਤੁਹਾਡੇ ਕੰਨਾਂ 'ਚ ਚਿੜੀਆਂ ਦੀ ਚਹਿਕਣ ਦੀ ਆਣੀ ਹੈ, ਉਹਨੇ ਬਿਲਕੁਲ ਤੁਹਾਡੇ ਬਿਲਕੁਲ ਮਨ 'ਚ ਖੇੜਾ ਭਰ ਦੇਣਾ। ਸੋ ਜੀ ਇੰਜੀ ਅਗਲੀ ਗੱਲ ਕਰੀਏ, ਬਿਲਕੁਲ, ਕਿਉਂਕਿ ਇਹਦੇ 'ਚ ਮੈਂ ਤੁਹਾਨੂੰ ਅਹਿਮ ਚੀਜ਼ ਕੁਦਰਤੀ ਦੱਸੀ, ਇਹਦਾ ਮਤਲਬ ਆਟੋਮੈਟਿਕਲੀ ਗੱਲ ਨਿਕਲ ਗਈ, ਪੁੱਛਣ ਦੀ ਵੀ ਲੋੜ ਨਹੀਂ ਕਿ ਕੀ ਅਸੀਂ ਜਿਮ ਦੇ ਅੰਦਰ ਕਰ ਰਹੇ ਹਾਂ, ਮੈਂ ਬਿਲਕੁਲ ਵੀ ਇਹੋ ਜਿਹੀ ਗੱਲ ਨਹੀਂ ਕੀਤੀ ਕਿ ਜਿਮ ਅੰਦਰ ਤੁਸੀਂ ਚੀਕਵਾਂ ਮਿਊਜ਼ਿਕ ਲਾ ਕੇ ਉਹ ਸੁਣਨਾ ਜੇ ਜੋ ਕਿ ਕਿਤੇ ਚੀਕਾਂ ਵੱਜ ਰਹੀਆਂ, ਕਿਤੇ ਡਰੰਮ ਵੱਜ ਰਹੇ, ਉਹ ਮੈਂ ਬਿਲਕੁਲ ਗੱਲ ਨਹੀਂ, ਉਹ ਤੁਹਾਡੇ ਦਿਮਾਗ ਨੂੰ ਸਗੋਂ ਹੋਰ ਬਰਬਾਦੀ ਵੱਲ ਲਿਜਾਂਦੇ ਨੇ, ਬਿਲਕੁਲ ਹੋਰ ਉਹਦੇ ਵਿੱਚ ਐਡੀਸ਼ਨਲ ਦਬਾਅ ਪੈਂਦਾ ਜੇ। ਸੋ ਬਿਲਕੁਲ, ਇਹ ਯਾਨੀ ਚੀਜ਼ਾਂ ਕਿ ਥੋੜੀਆਂ ਸੂਰਜ ਨਿੱਕੀਆਂ ਦੀ ਜਿਹੜੀ ਨਿੱਕੀਆਂ, ਰੋਸ਼ਨੀ ਹੈ ਉਹਦੇ ਨਾਲ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਮਿਲ ਗਈਆਂ। ਬਿਲਕੁਲ ਡਾਕਟਰ ਸਾਹਿਬ, ਸੋ ਅੱਗੇ ਅਗਲੀ ਹੁਣ ਕਿਹੜੀ ਗੱਲ ਹੈ?